ਬਲਵੰਤ ਗਾਰਗੀ ਦੀਆਂ ਨਜ਼ਰਾਂ ਵਿੱਚ ਯਾਮਨੀ ਕ੍ਰਿਸ਼ਨਾ ਮੂਰਤੀ ਮੈਂ ਯਾਮਨੀ ਕ੍ਰਿਸ਼ਨਾ ਮੂਰਤੀ ਨੂੰ ਮਿਲਣ ਗਿਆ ਤਾਂ ਪਰੇਸ਼ਾਨ ਖੜੀ ਸੀ ਬੋਲੀ ਮੈਂ ਬੰਬਈ ਤੋਂ ਡਾਂਸ ਦਾ ਪ੍ਰੋਗਰਾਮ ਕਰਕੇ ਆਪਣੇ ਸਜਨਦਿਆਂ ਨਾਲ ਵਾਪਸ ਆ ਰਹੀ ਸੀ ਕਿ ਗੱਡੀ 'ਚੋਂ ਮੇਰੇ ਦੋ ਟਰੰਕ ਚੋਰੀ ਹੋ ਗਏ ਇਹਨਾਂ 'ਚ ਮੇਰੀਆਂ ਕਾਸਟਿਊਮਸ ਸਨ ਭਲਾ ਚੋਰ ਕੀ ਕਰੇਗਾ ਇਹਨਾਂ ਕਾਸਟਿਊਮਸ ਦਾ ਉਹਨੇ ਕਿਹੜਾ ਨੱਚਣਾ ਸਮਝ ਨਹੀਂ ਆਉਂਦੀ ਕੀ ਕਰਾਂ ਅੱਜ ਰਾਤੀ ਮੇਰਾ ਦਿੱਲੀ 'ਚ ਪ੍ਰੋਗਰਾਮ ਹੈ ਮੈਲ ਸਨਲ ਹਮਦਰਦੀ ਜ਼ਾਹਿਰ ਕੀਤੀ ਉਹ ਆਖਣ ਲੱਗੇ ਮਿਸਟਰ ਗਾਰਗੀ ਤੁਹਾਨੂੰ ਪਤਾ ਨਹੀਂ ਕਿ ਮੈਨੂੰ ਕਾਸਟਿਊਮਸ ਨਾਲ ਕਿੰਨਾ ਇਸ਼ਕ ਹੈ ਨਵੀਂ ਪੁਸ਼ਾਕ ਹੋਵੇ ਤਾਂ ਮੈਂ ਬਿਹਤਰ ਨੱਚਦੀਆਂ ਮੇਰੀਆਂ ਸੜੀਆਂ ਅੰਗੀਆਂ ਛੇਤੀ ਘਸ ਕੇ ਪਾੜ ਜਾਂਦੀਆਂ ਨੱਚਣ ਲੱਗੇ ਮੇਰੇ ਅੰਗ ਪੁਸ਼ਾਕ ਉੱਤੇ ਜ਼ੁਲਮ ਕਰਦੇ ਐ ਮੇਰੀ ਪੁਸ਼ਾਕ ਇਹ ਨਹੀਂ ਸ਼ਕਤੀ ਨਾਲ ਮੇਰੇ ਸਰੀਰ ਨਾਲ ਖੈਂਦੀ ਐ ਕਿ ਦੀ ਆਬ ਮਾਰੀ ਜਾਂਦੀ ਐ ਤਿੱਲੇ ਤੇ ਰੇਸ਼ਮ ਦੇ ਤਾਰ ਛਲਨੀ ਹੋ ਜਾਂਦੇ ਐ ਮੈਨੂੰ ਕਾਸਟਿਊਮਸ ਦੀ ਹਮੇਸ਼ਾ ਭੁੱਖ ਰਹਿੰਦੀ ਐ ਯਾਮਨੀ ਕ੍ਰਿਸ਼ਨਾਮూర్ਤੀ ਇਸ ਲਈ ਭਾਰਤ ਦੀ ਸਭ ਤੋਂ ਮਹਾਨ ਨਰਤਕੀ ਹੈ। ਉਹਦੀ ਵਿਸ਼ੇਸ਼ਤਾ ਹੈ ਭਾਰਤਨਾਟ్యం। 21 ਸਾਲ ਦੀ ਸੀ ਜਦੋਂ ਦੱਖਣ ਦੇ ਨ੍ਰਿਤ ਗੁਰੂਆਂ ਨੇ ਫਤਵਾ ਦੇ ਦਿੱਤਾ ਕਿ ਉਹ ਨਰਤਕੀ ਅਲੋਖਾਰੀ ਹੈ। ਪਿਛਲੇ 25 ਸਾਲ ਤੋਂ ਯਾਮਨੀ ਭਾਰਤ ਦੇ ਨ੍ਰਿਤ ਸੰਸਾਰ ਤੇ છਾਈ ਹੋਈ ਹੈ। ਲੋਕ ਕਹਿੰਦੇ ਹਨ ਕਿ ਅਜਿਹੀ ਨਰਤਕੀ ਸ਼ਾਇਦ 100 ਸਾਲ ਤੱਕ ਨਾ ਪੈਦਾ ਹੋਏ। ਕੀ ਖੂਬੀ ਹੈ ਉਸ ਵਿੱਚ? ਸਿਰਫ ਤਕਨੀਕੀ ਹਾ ਭਾਵ ਦੀ ਪ੍ਰਦਰਸ਼ਨੀ। ਤੇ ਮੁਦਰਾਵਾਂ ਤੇ ਅਭਿਨੈ ਦੀ ਪੂਰਨਤਾ ਹੀ ਨਹੀਂ ਸਗੋ ਦੇ ਨਚਨ ਚੀ ਕਜਿਆ ਜਾਦੂ ਹੈ ਕਿ ਜਿਨੇ ਇੱਕ ਵਾਰੀ ਯਾਮਨੀ ਨੂੰ ਦੇਖ ਲਿਆ ਉਹਨੂੰ ਭੁੱਲ ਨਹੀਂ ਸਕਦਾ 1968 ਚਿੰਡੋ ਪਾਕਿਸਤਾਨ ਕਲਚਰਲ ਉਤਸਵ ਉਤੇ ਭਾਰਤ ਤੋਂ ਕਈ ਕਲਾਕਾਰ ਤੇ ਸਾਹਿਤਕਾਰ ਲਾਹੌਰ ਗਏ ਇਹਨਾਂ 'ਚ ਪੰਜਾਬੀ ਕਵੀ ਤਾਰਾ ਸਿੰਘ ਕਾਮਲ ਤੇ ਹਜ਼ਾਰਾ ਸਿੰਘ ਗੁਰਦਾਸਪੁਰ ਵੀ ਸਨ ਉਹਨਾਂ ਨੂੰ ਵਧੀਆ ਹੋਟਲ 'ਚ ਠਹਿਰਾਇਆ ਗਿਆ ਉੱਥੇ ਉਹਨਾਂ ਨੇ ਕੁਝ ਭਾਰਤੀ ਤੀਵੀਆਂ ਨੀਲੀਆਂ ਪੀਲੀਆਂ ਸਾੜੀਆਂ ਪਾਈ ਫਿਰਦੀਆਂ ਦੇਖੀਆਂ ਦੱਖਣ ਦੀਆਂ ਪਤਲੀਆਂ ਜਾਮਣੀ ਦੀਵੀਆਂ ਤਾਰਾ ਸਿੰਘ ਬੋਲਿਆ ਇਹਨਾਂ ਬਿਨਾ ਕੀ ਗੱਡਾੜਿਆ ਖੜਾ ਸੀ ਕਿੱਥੋਂ ਫੜ ਲੈਂਦੀਆਂ ਨੇ ਇਹ ਕਾਲੀਆਂ ਭਾਂਖੀਆਂ ਦੀਵੀਆਂ ਜੇ ਭੇਜਣਾ ਹੀ ਸੀ ਤਾਂ ਕਿਸੇ ਸੋਹਣੀ ਪੰਜਾਬੀ ਨਾਰ ਨੂੰ ਭੇਜ ਦੇ ਪਾਕਿਸਤਾਨ ਦੇ ਲੋਕ ਕੀ ਆਖਣਗੇ ਮੂਡ ਖਰਾਬ ਕਰ ਦਿੰਦਾ ਇਹਨਾਂ ਦੀਵੀਆਂ ਨੇ ਚੱਲ ਚੱਲ ਕੇ ਇੱਕ ਇੱਕ ਘੁੱਟ ਲਾਈਏ ਤੇ ਮੂਡ ਠੀਕ ਕਰੀਏ ਦੋਵੇਂ ਸ਼ਾਇਰਾਂ ਨੇ ਪੁੱਛਿਆ ਕਿ ਦੀਵੀਆਂ ਕੌਣ ਸਨ ਪਤਾ ਲੱਗਿਆ ਯਮਿਨੀ ਕ੍ਰਿਸ਼ਨਾ ਮੂਰਤੀ ਆਈ ਹੈ ਭਾਰਤ ਤੋਂ ਤਾਰਾ ਸਿੰਘ ਇਸ ਵਾਕੇ ਨੂੰ ਯਾਦ ਕਰਕੇ ਆਖਦਾ ਅਸੀਂ ਇਹ ਨਾਂ ਕਦੇ ਨਹੀਂ ਸੀ ਸੁਣਿਆ ਪਹਿਲਾਂ ਸਾਨੂੰ ਇਹੋ ਲੱਗਿਆ ਕਿ ਇਹ ਕੋਈ ਕ੍ਰਿਸ਼ਨਾ ਜਮਾਣੀ ਮੂਰਤੀ ਆਈ ਹੋਈ ਹੈ ਜਮਣੀ ਰੰਗ ਯਾਦ ਰਿਹਾ ਕ੍ਰਿਸ਼ਨਾ ਕੁਮਾਰੀ ਇਸ ਡਾਂਸਰ ਦਾ ਨਾਂ ਹੋਏਗਾ ਸੂਰਜ ਡੁੱਬਣ ਵੇਲੇ ਲਾਰੈਂਸ ਗਾਰਡਨ ਦੇ ਓਪਨ 에ਅਰ ਥੀਏਟਰ ਵਿੱਚ ਕਲਚਰਲ ਪ੍ਰੋਗਰਾਮ ਸੀ ਪਾਕਿਸਤਾਨ ਦੇ ਪਤਵੰਤੇ ਵੱਡੇ ਸ਼ਾਇਰ ਸਿਆਸੀ ਲੀਡਰ ਤੇ ਉੱਚ ਕੋਟੀ ਦੀਆਂ ਹਸਤੀਆਂ ਇਹ ਪ੍ਰੋਗਰਾਮ ਦੇਖਣ ਲਈ ਬੈਠੀਆਂ ਸਨ। ਇਨਾਂ 'ਚ ਫੈਜ਼ ਅਹਿਮਦ ਫੈਜ਼ ਸੀ, ਅਹਿਮਦ ਨਦੀਮ ਕਾਸਮੀ ਸੀ, ਅਬਦੁਲ ਰਹਿਮਾਨ ਚੁਗਤਾਈ ਸੀ, ਨੂਰਜਹਾਂ ਸੀ ਤੇ ਪ੍ਰੈਜ਼ੀਡੈਂਟ ਐਯੂਬ ਖਾਨ ਵੀ ਬੈਠਾ ਸੀ। ਸਟੇਜ ਉੱਤੇ ਪੰਜ-ਸੱਤ ਮਦਰਾਸੀ ਸਾਜਣ ਦੇ ਬੈਠੇ ਮਰਦੰਗ ਤੇ ਮਜ਼ੀਰੇ ਤਿੱਖੇ ਕਰ ਰਹੇ ਸਨ। ਉਹ ਦੱਖਣੀ ਭਾਸ਼ਾ 'ਚ ਕੁਝ ਗਾ ਰਹੇ ਸਨ ਜਿਸ ਦੀ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ। ਪਤਾ ਨਹੀਂ ਇਹ ਤੇਲਗੂਸੀ ਕੇ ਤਾਮਿਲ ਮਰਦੰਗ ਤੇ ਮਜ਼ੀਰੀਆਂ ਦੀ ਠੋਕਾ ਠਾਕੀ ਵਿੱਚ ਕਿਸੇ ਵੱਖਰੀ ਦੁਨੀਆ ਦਾ ਜੀਵ ਜੈ ਭੂਤੀਆ ਵਾਈਉ ਮੰਡਲ ਸੀ ਇੱਕਦਮ ਛਣਛਣ ਕਰਦੀ ਤੇਜ਼ੀ ਨਾਲ ਯਾਮਨੀ ਪ੍ਰਵੇਸ਼ ਹੋਈ ਉਹਨੇ ਸਾਜ਼ਾਂ ਨੂੰ ਨਮਸਕਾਰ ਕੀਤਾ ਮਰਦੰਗ ਅੱਗੇ ਮੱਥਾ ਨਿਵਾਇਆ ਮਜ਼ੀਰੀਆਂ ਵਾਲੇ ਗੁਰੂ ਅੱਗੇ ਕਲਾਸਕੀ ਅੰਦਾਜ਼ ਨਾਲ ਝੁਕੀ ਤੇ ਫਿਰ ਮੰਚ ਦੇ ਵਿੱਚ ਘਾਰ ਖੜੀ ਹੋ ਗਈ ਉਹਨੇ ਦਰਸ਼ਕਾਂ ਨੂੰ ਨਮਸਕਾਰਿਆ ਤੇ ਅੱਡੇ ਮਾਰ ਕੇ ਘੁੰਗਰੂਆਂ ਦੀ ਛਣਕਾਰ ਨਾਲ ਨੱਚਣ ਲੱਗੀ ਲੰਮੀਆਂ ਲਚਕੀਲੀਆਂ ਬਾਹਾਂ ਤੇ ਉਂਗਲਾਂ ਮਿਰਗ ਵਰਗੀਆਂ ਸਿਆਹ ਅੱਖਾਂ ਤੇ ਸਡੋਲ ਖੂਬਸੂਰਤ ਜਿਸਮ ਜਿਵੇਂ ਕਿਸੇ ਮੰਦਰ ਦੀ ਮੂਰਤੀ ਹੋਵੇ ਉਹਦੇ ਨੱਚਣ ਨਾਲ ਸਾਜ਼ਾਂ 'ਚ ਜਾਨ ਪੈ ਗਈ ਮਰਦੰਗ ਦੇ ਤੜਪਦੇ ਹੋਏ ਲੈ ਆਤਮਕ ਬੋਲ ਸਪਨੂ ਸਮਝ ਆਉਣ ਲੱਗ ਪਏ ਨਰਤਕੀ ਨੇ ਸੁਰਾਂ ਤੇ ਲੈ ਆਤਮਕ ਟੁਕੜਿਆਂ ਨੂੰ ਸਾਕਾਰ ਰੂਪ ਬਖਸ਼ ਦਿੱਤਾ ਸੈਂਕੜੇ ਮੂਰਤੀਆਂ ਜਾਗ ਉੱਠੀਆਂ ਉਸ ਜਮਣੀ ਸਰੀਰ ਵਿੱਚ ਜੋ ਇਸ ਵੇਲੇ ਚੰਦਨ ਵਾਂਗ ਚਮਕ ਰਿਹਾ ਸੀ ਮੈਂ ਅਜ ਤੀਕ ਉਸ ਨਾਚ ਨੂੰ ਨਹੀਂ ਭੁੱਲ ਸਕਿਆ ਤਾਰਾ ਸਿੰਘ ਨੇ ਗੱਲ ਸੁਣਾਈ ਇਹ ਯਮਨੀ ਕ੍ਰਿਸ਼ਨਾ ਮੂਰਤੀ ਸੀ ਜੋ ਮੇਰੇ ਲਈ ساری ਜ਼ਿੰਦਗੀ ਦਾ ਚਮਤਕਾਰ ਬਣ ਗਈ ਪਾਕਿਸਤਾਨ 'ਚ ਯਮਨੀ ਦਾ ਇੰਨਾ ਪ੍ਰਭਾਵ ਪਿਆ ਕਿ ਅਖਬਾਰਾਂ ਦੇ ਐਡੀਟਰਾਂ ਨੇ ਖੁੱਲ ਕੇ ਲਿਖਿਆ ਕਿ ਪਾਕਿਸਤਾਨ 'ਚ ਕਲਾਸਕੀ ਨ੍ਰਿਤ ਦਿਖਾਇਆ ਜਾਵੇ ਭਾਵੇਂ ਇਸਲਾਮੀ ਉਸੂਲਾਂ ਦੇ ਖਿਲਾਫ ਸੀ ਪਰ ਲੇਖਕਾਂ ਤੇ ਕਲਚਰਲ ਚੌਧਰੀਆਂ ਨੇ ਕੁੜੀਆਂ ਨੂੰ ਭਾਰਤ ਨਾਟ్యం ਸਿੱਖਣ ਲਈ ਪ੍ਰੇਰਨਾ ਦਿੱਤੀ ਯਾਮਨੀ 1935 ਚਾਂਦਰਾਪਰਦੇਸ਼ ਦੇ ਰਾਇਸਲਮ ਦੇ ਅਥਰੇ ਇਲਾਕੇ 'ਚ ਪੈਦਾ ਹੋਈ ਜਿੱਥੋਂ ਦੀ ਆਬੋ ਹਵਾ ਸੱਜਰੀ ਤੇ ਖੁਸ਼ਗਵਾਰ ਹੈ ਉਹਦਾ ਪਿਤਾ ਪ੍ਰੋਫੈਸਰ ਕ੍ਰਿਸ਼ਨਾ ਮੂਰਤੀ ਸੰਸਕ੍ਰਿਤ ਸੰਗੀਤ ਨ੍ਰਿਤ ਫਲਸਵੇ ਦੇ ਸ਼ਾਸਤਰਾਂ ਦਾ ਵਿਦਵਾਨ ਸੀ ਯਾਮਨੀ 5 ਸਾਲਾਂ ਦੀ ਸੀ ਜਦੋਂ ਉਹਦਾ ਪਿਤਾ ਤਾਮਿਲਨਾਡੂ ਦੀ ਚਿਦੰਬਰਮ ਨਗਰੀ 'ਚ ਜਾ ਕੇ ਰਹਿਣ ਲੱਗਾ ਤੇ ਨਾਲ ਹੀ ਉਹਦਾ ਨਿੱਕਾ ਜਿਹਾ ਟੱਬਰ ਸਾਰੀ ਨਗਰੀ ਉਤੇ ਨਟ ਰਾਜ ਦਾ ਮਹਾਨ ਤੇ ਪ੍ਰਸਿੱਧ ਮੰਦਿਰ ਛਾਇਆ ਹੋਇਆ ਹੈ ਇਸੇ ਮੰਦਿਰ ਦੇ ਨਾਂ ਤੇ ਨਗਰੀ ਦਾ ਨਾਂ ਪੈ ਗਿਆ ਜਿਦੰਬਰਮ ਦੀ ਬਾਰਲੀਵਲ ਗੰਟਚੋਈ ਪਸੀ ਚਾਰ ਵੱਡੇ ਉੱਚੇ ਦਰਵਾਜ਼ੇ ਹਨ ਹਰ ਦਰਵਾਜ਼ੇ ਦੀ ਮਹਿਰਾਬ ਉਤੇ ਸ਼ਾਸਤਰੀ ਨ੍ਰਿਤ ਦੇ 108 ਆਸਣ ਪੱਥਰ ਚਤਰਾਸ਼ੇ ਹੋਏ ਹਨ ਇਹ 108 ਕਰਨ ਭਾਰਤ 무ਨੀ ਨੇ 2000 ਸਾਲ ਪਹਿਲਾਂ ਆਪਣੇ ਨਟ ਸ਼ਾਸਤਰ ਚ ਬਿਆਨ ਕੀਤੇ ਸਨ ਇਹੋ ਕਰਨ ਦੇ ਨ੍ਰਿਤ ਮੂਰਤੀਆਂ ਕਲਾਸਿਕੀ ਭਾਰਤ ਨਟਯਮ ਨਾਚ ਦਾ ਤੁਰਾ ਹਨ ਇੱਕ ਪ੍ਰਕਾਰ ਦੇ ਨ੍ਰਿਤ ਅੱਖਰ ਜੋ ਨਰਤਕੀ ਅੰਗਾਂ ਨਾਲ ਵੱਖਰੀਆਂ ਵੱਖਰੀਆਂ ਰੂਪ ਗਤੀਆਂ ਚ ਮੂਰਤੀਮਾਨ ਕਰਦੀ ਹੈ ਇਸ ਮੰਦਰ ਚ ਖੇਡਦੀ ਹੋਈ ਤੇ ਇਥੋਂ ਦੇ ਸੰਗੀਤ ਨੂੰ ਸੁਣਦੀ ਹੋਈ ਯਾਮਨੀ ਵੱਡੀ ਹੋਈ ਉਹਦੇ ਚ ਫੇਰੀ ਪੱਥਰਾਂ ਚ ਉੱਕਰੀਆਂ ਨ੍ਰਿਤ ਮੂਰਤੀਆਂ ਸਾਹ ਲੈਂਦੀਆਂ ਸਨ ਉਹ ਮੰਦਰ ਦਾ ਸੰਗੀਤ ਸੁਣਦੀ ਤੱਕ ਘੰਟਿਆਂ ਵੱਧੀ ਇਹਨਾਂ ਮੂਰਤੀਆਂ ਦੇ ਅਦੁੱਤ ਤੇ ਹਸੀਨ ਰੂਪਾਂ ਨੂੰ ਗ੍ਰਹਿਣ ਕਰਦੀ ਇਸੇ ਮਾਹੌਲ ਚ ਪਲੀ ਇਹ ਮੰਦਰ ਭਾਰਤਨਾਟ્યਮ ਦਾ ਤੀਰਥ ਸਥਾਨ ਹੈ ਪਰ ਨਰਤਕੀ ਗੁਰੂ ਤੇ ਵਿਦਵਾਨ ਇਸ ਮੰਦਰ ਦੀਆਂ ਮੂਰਤੀਆਂ ਨੂੰ ਵੇਖ ਕੇ ਆਪਣੇ ਨ੍ਰਿਤ ਕਲਾ ਨੂੰ ਸੋਧਦਾ ਯਮਨੀ ਸਹਿਦ ਸੁਭਾਈ ਇਸ ਮੰਦਰ ਦੀ ਨ੍ਰਿਤ ਕਲਾ ਨੂੰ ਪੀ ਰਹੀ ਸੀ ਉਹ 10 ਸਾਲ ਦੀ ਸੀ ਜਦੋਂ ਉਹਦਾ ਪਿਤਾ ਮਦਰਾਸ ਸ਼ਹਿਰ ਵਿੱਚ ਜਾ ਕੇ ਰਹਿਣ ਲੱਗਾ ਇੱਥੇ ਯਮਨੀ ਨੇ ਸੰਗੀਤ ਤੇ ਨ੍ਰਿਤ ਦੀ ਸਿੱਖਿਆ ਲਈ 15 ਸਾਲ ਦੀ ਉਮਰ 'ਚ ਉਹ ਕਲਾ ਖੇਤਰ ਜਗਤ ਪ੍ਰਸਿੱਧ ਆਸ਼ਰਮ ਵਿੱਚ ਦਾਖਲ ਹੋਈ ਜਿੱਥੇ ਰੁਕਮਣੀ ਦੇਵੀ ਦੀ ਖਟੋਰ ਤੇ ਕਲਾਤਮਕ ਨਿਗਰਾਨੀ ਹੇਠ ਉਹਨੇ 5 ਸਾਲ ਭਾਰਤ ਨਟਮ ਸਿੱਖਿਆ ਇਥੇ ਤਪੱਸਵਣੀਆਂ ਵਾਂਗ ਰਹਿ ਕੇ ਗੁਰੂਆਂ ਦੀ ਚੰਡੀ ਹੋਈ ਯਾਮਨੀ ਜਦੋਂ ਬਾਹਰ ਨਿਕਲੀ ਤਾਂ 3 ਸਾਲ ਉਹਨੇ ਹੋਰ ਤਪ ਕੀਤਾ 1958 ਚ ਦਿੱਲੀ ਦੇ ਵੱਡੇ ਨ੍ਰਿਤ ਸਮਾਰੋਹ ਵਿੱਚ ਹਿੱਸਾ ਲੈਣ ਆਈ ਜਦੋਂ ਉਹਨੇ ਆਪਣੇ ਗੁਰੂ ਨੂੰ ਨਮਸਕਾਰ ਕਰਕੇ ਨ੍ਰਿਤ ਕੀਤਾ ਤਾਂ ਸਾਰੇ ਵਿਦਵਾਨਾਂ ਤੇ ਪਾਰਖਹਾਂ ਦੇ ਦਿਲ ਚ ਬਿਜਲੀ ਲਰਜ ਗਈ ਯਾਮਨੀ ਆਪਣੇ ਪਿਤਾ ਦੀ ਅਗਵਾਈ ਹੇਠ ਤਰੱਕੀ ਦੀਆਂ ਮੰਜ਼ਲਾਂ ਤੈਅ ਕਰਨ ਲੱਗੀ। 2-3 ਸਾਲਾਂ ਵਿੱਚ ਉਹ ਸਾਰੇ ਹਿੰਦੁਸਤਾਨ ਦੀ ਕਬਸਰਾ ਦੇ ਤੌਰ ਤੇ ਮੰਨੀ ਜਾਣ ਲੱਗੀ। ਉਹ ਹੁਣ ਤੱਕ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਦੇ ਵੱਡੇ ਸ਼ਹਿਰਾਂ 'ਚ ਆਪਣਾ ਨਿਰਿਤ ਪੇਸ਼ ਕਰ ਚੁੱਕੀ ਹੈ। ਵੱਡੇ-ਵੱਡੇ ਰਾਜ ਸ਼ਾਸਨਾਂ ਦੇ ਨੇਤਾਵਾਂ ਨੂੰ ਆਪਣੀ ਕਲਾ ਦਾ ਕਾਇਲ ਕਰ ਚੁੱਕੀ ਹੈ। ਮਲਿਕਾ ਐਲਜ਼ਬੈਥ, ਚੁਐਨਲਾਈ, ਖਰਸ਼ਚੋਵ, ਮਾਰਸ਼ਲ ਟਿਟੋ, ਅਰਬ ਦੇ ਸ਼ੇਖਾ, ਅਮਰੀਕਾ ਦੇ ਪ੍ਰੈਜ਼ੀਡੈਂਟਾਂ ਤੇ ਯੂਰਪ ਦੀ ਪ੍ਰਧਾਨ ਮੰਤਰੀ ਉਹਦੇ ਪ੍ਰਸ਼ੰਸਕ ਰਹੇ ਹਨ 인ਦਰਾ ਗਾਂਧੀ ਵੀ ਯਮਨੀ ਦੀ ਫੈਨ ਸੀ ਜਦੋਂ ਯਮਨੀ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਬੰਬਈ ਦੇ ਖੂਬਸੂਰਤ ਟਾਟਾ ਥੀਏਟਰ ਚ ਡਾਂਸ ਕੀਤਾ ਤਾਂ ਬੋਲੀ ਮੇਰੇ ਡਾਂਸ ਨਾਲ ਹੀ ਇਸ ਥੀਏਟਰ ਦਾ ਉਦਘਾਟਨ ਹੋਇਆ ਸੀ ਭਾਰਤ ਦੇ ਜਿੰਨੇ ਨਵੇਂ ਵੱਡੇ ਥੀਏਟਰ ਜਾਂ ਕਲਾ ਭਵਨ ਬਣੇ ਹਨ ਉਹਨਾਂ ਚੋਂ ਅਧਿਆਂ ਦਾ ਉਦਘਾਟਨ ਮੇਰੇ ਡਾਂਸ ਨਾਲ ਹੋਇਆ ਇੱਕ ਵਾਰ ਮੈਕਸੀਕੋ ਸਿਟੀ ਚ ਡਾਂਸ ਕਰ ਰਹੀ ਸੀ ਤੇ ਮੈਕਸੀਕੋ ਦਾ ਪ੍ਰੈਜ਼ੀਡੈਂਟ ਉਹਦੀ ਪ੍ਰਸ਼ੰਸਾ ਚ ਕੁਝ ਕਹਿ ਰਹੀ ਸੀ ਟੈਲੀਵਿਜ਼ਨ ਉੱਤੇ ਜੇਲ੍ਹ ਚ ਇੱਕ ਕੈਦੀ ਨੇ ਯਮਨੀ ਨੂੰ ਨੱਚਦਿਆਂ ਦੇਖਿਆ। ਇਹ ਕੈਦੀ ਚਤਰਕਾਰ ਸੀ। ਰੱਬ ਤੋਂ ਰਾਤ ਉਹਨੇ ਸ਼ਰਾਬ ਦੀ ਖਾਲੀ ਬੋਤਲ ਉੱਤੇ ਇੱਕ ਪੇਂਟਿੰਗ ਬਣਾਈ। ਯਮਨੀ ਨੂੰ ਤੋਹਫ਼ੇ ਵਜੋਂ ਭੇਜੀ। ਨਾਲ ਇੱਕ ਚਿੱਠੀ ਦਾ। ਚਿੱਠੀ ਕਿ ਉਹਦਾ ਨਾਚ ਵੇਖ ਕੇ ਉਹਨੂੰ ਜੇਲ੍ਹ ਦੀ ਸਜ਼ਾ ਭੁੱਲ ਗਈ। ਇਹ ਪੇਂਟ ਕੀਤੀ ਹੋਈ ਬੋਤਲ ਯਮਨੀ ਦੇ ਸੈਂਕੜੇ ਪੁਰਸਕਾਰਾਂ ਵਿੱਚੋਂ ਇੱਕ ਹੈ। ਉਹਨੂੰ ਤ੍ਰਿਪਤੀ ਮੰਦਰ ਦੀ ਉੱਚ ਨਰਤਕੀ ਦਾ ਪੁਰਸਕਾਰ ਮਿਲਿਆ। ਕਲੀਵਲੈਂਡ ਸ਼ਹਿਰ ਦੀ ਸੁਨਹਿਰੀ ਕੁਜੀ ਇਨਾਮ ਵੱਜੋਂ ਮਿਲੀ ਆਂਧਰਾ ਪ੍ਰਦੇਸ਼ ਦੀ ਸਰਵਉੱਤਮ ਨਰਤਕੀ ਦੀ ਪਦਵੀ ਮਿਲੀ ਤੇ ਪਦਮ ਸ਼੍ਰੀ ਨਾਲ ਵੀ ਉਹਨੂੰ ਨਿਵਾਜਿਆ ਗਿਆ ਜਦੋਂ ਉਹਨੂੰ ਸੰਗੀਤ ਨਾਟਕ ਅਕੈडमी ਦੇ ਐਵਾਰਡ ਦਾ ਐਲਾਨ ਹੋਇਆ ਤਾਂ ਉਹ ਦੁਚਿੱਤੀ ਵਿੱਚ ਸੀ ਕਿ ਉਸ ਐਵਾਰਡ ਨੂੰ ਸਵੀਕਾਰ ਕਰੇ ਜਾਣਾ ਯਾਮਨੀ ਨੂੰ ਇਨਾਮਾਂ ਦੀ ਕੋਈ ਭੁੱਖ ਨਹੀਂ ਸੀ ਸੰਗੀਤ ਨਾਟਕ ਅਕੈडमी ਦੇ ਇਸ ਐਵਾਰਡ ਨੂੰ ਉਹਨੇ ਠੁਕਰਾਨਾ ਚਾਹਿਆ ਤਾਂ ਉਹਦੇ ਪਿਤਾ ਨੇ ਆਖਿਆ ਬੇਟੀ ਇਹ ਨਾਮ ਨੂੰ ਠੋਕਰ ਮਾਰੇਗੀ ਤਾਂ ਇਹ ਲੋਕ ਨਰਾਜ਼ ਹੋ ਜਾਣਗੇ ਭਾਵੇਂ ਇਸ ਰਾਸ਼ਟਰੀ ਇਨਾਮ ਦੀ ਤੈਨੂੰ ਕੋਈ ਕਦਰ ਨਹੀਂ ਪਰ ਤੂੰ ਸ਼ਿਵਜੀ ਦਾ ਕਚਕਾਲ ਬਣ ਜਾ ਇਸ ਕਚਕਾਲ ਵਿੱਚ ਚਾਹੇ ਕੋਈ ਸੁਆਹ ਪਾ ਦੇ ਚਾਹੇ ਸੋਨਾ ਨਿਰਲੇਪ ਹੋ ਕੇ ਇਹਨੂੰ ਕਬੂਲ ਕਰ ਯਾਮਨੀ ਨੇ ਪਿਤਾ ਦੀ ਗੱਲ ਮੰਨ ਲਈ ਜਦੋਂ ਮੈਂ ਯਾਮਨੀ ਨੂੰ ਪੁਰਸਕਾਰਾਂ ਬਾਰੇ ਪੁੱਛਿਆ ਤਾਂ ਦੁਨੀਆ ਦੇ ਅਖਬਾਰਾਂ ਵਿੱਚ ਛਪੇ ਰਿਵਿਊਜ਼ ਬਾਰੇ ਤਾਂ ਬੋਲੀ ਉਹ ਦੋ ਟਰੰਕ ਭਰੇ ਪਏ ਨੇ ਇਸ ਰੱਦੀ ਦੇ ਮੈਂ ਇਹਨਾਂ ਨੂੰ ਖੋਲਦੀ ਨਹੀਂ ਕਿਉਂਕਿ ਇਹਨਾਂ ਵਿੱਚੋਂ ਸ਼ੋਰ ਦੀ ਗਰਦ ਉੱਠਦੀ ਹੈ ਮੈਨੂੰ ਫਿਲਮ ਡਿਵੀਜ਼ਨ ਦੇ ਚੀਫ ਪ੍ਰੋਡਿਊਸਰ 무ਸ਼ੀਰ ਰਹਿਮਤ ਖਾਨ ਨੇ ਆਖਿਆ ਕਿ ਮੈਂ ਕਿਸੇ ਇੱਕ ਡਾਂਸਰ ਉੱਤੇ ਫਿਲਮ ਬਣਾਵਾਂ ਮੈਂ ਯਾਮਨੀ ਨੂੰ ਚੁਣਿਆ 무ਸ਼ੀਰ ਰਹਿਮਤ ਨੇ ਵਾਰਨਿੰਗ ਦਿੱਤੀ ਕਿ ਯਾਮਨੀ ਬਹੁਤ ਸਖਤ ਔਰਤ ਹੈ ਤੰਗ ਕਰੇਗੀ ਅਸੀਂ 6 ਸਾਲ ਇਸ ਨਾਲ ਵਰਤ ਕੇ ਦੇਖ ਚੁੱਕੇ ਹਾਂ ਕਿਸੇ ਹੋਰ ਡਾਂਸਰ ਨੂੰ ਚੁਣ ਲੈ ਮੈਂ ਆਖਿਆ ਜੇ ਮੈਨੂੰ ਫੈਜ਼ ਤੇ ਗਾਲिब 'ਚੋਂ ਇੱਕ ਚੋਣਾ ਪਵੇ ਤਾਂ ਮੈਂ ਗਾਲिब ਚੋਣਾ ਪਾਵੇਂ ਗਾਲिब ਸ਼ਰਾਬ ਪੀ ਕੇ ਮੈਨੂੰ ਗਾਲਾਂ ਹੀ ਕੱਢੇ ਉਹ ਬੋਲੇ ਤੇਰੀ ਮਰਜ਼ੀ ਮੈਂ 무ਸ਼ੀਰ ਰਹਿਮਤ ਦੀ ਗੱਲ ਤੋਂ ਸਾਵਧਾਨ ਹੋ ਗਿਆ ਪਰ ਮੇਰੇ ਮਨ ਅੰਦਰ ਇਹ ਗੱਲ ਸਪਸ਼ਟ ਸੀ ਕਿ ਮਹਾਨ ਕਲਾਕਾਰ ਨਾਲ ਕੰਮ ਕਰਨ ਦਾ ਆਪਣਾ ਹੀ ਨਸ਼ਾ ਹੈ ਦੂਜੀਆਂ ਕਈ ਨਰਤਕੀਆਂ ਹੱਥ ਜੋੜ ਕੇ ਪੂਰੀ ਮਿਲਵਰਤਨ ਦੇਣ ਲਈ ਤਿਆਰ ਸਨ ਪਰ ਮੈਨੂੰ ਯਮਨੀ ਹੀ ਚਾਹੀਦੀ ਸੀ ਮੈਂ ਯਮਨੀ ਨਾਲ ਸਾਰੀ ਗੱਲਬਾਤ ਖੋਲ ਕੇ ਚਿੱਠੀਆਂ ਉੱਤੇ ਮੋਹਰ ਲਵਾ ਕੇ ਪੱਕਾ ਕੌਂਟਰੈਕਟ ਕਰਕੇ ਕੰਮ ਸ਼ੁਰੂ ਕੀਤਾ ਉਹਨੇ ਆਖਿਆ ਹੁਣ ਜੁਲਾਈ ਵਿੱਚ ਤਾਂ ਬਹੁਤ ਗਰਮੀ ਹੈ ਮੈਂ ਸ਼ਾਇਦ ਰੋਮ ਤੇ ਯੂਗਸਲਾਵੀਆ ਜਾਵਾਂ ਉਸ ਪਿਛੋਂ ਦੁਸਹਿਰੀ ਉਸ ਪਿਛੋਂ ਨੰਬਰ ਦੀ ਫਿਲਮ ਦੀ ਸ਼ੂਟਿੰਗ ਰੱਖ ਲੈ ਮੈਂ 15 ਦਿਨ ਇਸ ਫਿਲਮ ਦੇ ਨਮੇ ਤਲਾ ਦੇਵਾਂਗੀ ਪਰ ਮੈਨੂੰ ਕੀ ਫਾਇਦਾ ਮੈਂ ਕਿਤੇ ਪ੍ਰੋਗਰਾਮ ਨਹੀਂ ਕਰ ਸਕਾਂਗੀ 15 ਦਿਨ ਕਈ ਹਜ਼ਾਰ ਰੁਪਏ ਦਾ ਨੁਕਸਾਨ ਹੋਏਗਾ ਫਿਲਮ ਡਿਵੀਜ਼ਨ ਮੈਨੂੰ ਕੀ ਦੇਵੇਗਾ ਮੈਂ ਆਖਿਆ ਤੇਰੇ ਤੇ ਫਿਲਮ ਬਣ ਰਹੀ ਹੈ ਜੋ ਸਾਰੇ ਦੇਸ਼ 'ਚ ਵਿਖਾਈ ਜਾਏਗੀ ਗਵਰਨਮੈਂਟ ਲੱਖਾਂ ਰੁਪਏ ਖਰਚ ਕੇ ਤੇਰਾ ইমেজ ਉੱਚਾ ਕਰ ਰਹੀ ਹੈ ਤੇਰੀ ਸ਼ੋਹਰਤ ਮੇਰੇ ਕੋਲ ਸ਼ੋਹਰਤ ਬਥੇਰੀ ਹੈ ਪੈਸੇ ਦੀ ਲੋੜ ਹੈ ਮੈਨੂੰ ਤੇ ਮੇਰੀਆਂ ਪੋਸ਼ਾਕਾਂ ਕਾਸਟਿਊਮਸ ਜੋ ਕਾਸਟਿਊਮਸ ਤੇਰੇ ਕੋਲ ਹੰਤੂ ਉਹੀ ਵਰਤਣਾ ਹੈ ਤੇਰੇ ਕੋਲ ਬੜੇ ਸੋਹਣੇ ਕਾਸਟਿਊਮਸ ਹਨ ਉਹ ਕੱਢ ਜਾਣਗੇ 10 ਮਿੰਟ ਦੇ ਡਾਂਸ ਨਾਲ ਹਾਂ ਤੁਹਾਨੂੰ ਪਤਾ ਨਹੀਂ ਡਾਂਸ ਵਿੱਚੋਂ ਕਾਸਟਿਊਮਸ ਦੀ ਕੀ ਹਾਲਤ ਹੁੰਦੀ ਹੈ ਪਸੀਨਾ ਰਗੜਾ ਜ਼ਰੀ ਤਬਾਹੀ ਯਮਨੀ ਲਈ ਨਵੇਂ ਕਾਸਟਿਊਮਸ ਸਿਲਵਾਏ ਗਏ ਤੇ ਜਦੋਂ ਦਰਜੀ ਦੀ ਗੱਲ ਹੋਈ ਤਾਂ ਬੋਲੀ ਇੱਥੋਂ ਪਹਾੜਗੰਜ ਤੋਂ ਨਹੀਂ ਸਿਲਵਾਉਣੇ ਇਹ ਕਾਸਟਿਊਮਸ ਦਰਜੀ ਮਦਰਾਸ ਤੋਂ ਆਏਗਾ ਇੱਥੋਂ ਦੇ ਪੰਜਾਬੀਆਂ ਨੂੰ ਕੀ ਪਤਾ ਭਰਤਨਾਟਿਮ ਦਾ ਤੇ ਘੇਰੇਦਾਰ ਪਠਾਣੀ ਸਲਵਾਰ ਸਿਉਂ ਦੇਣਗੇ ਜਦੋਂ ਸਜੰਦਿਆਂ ਦੀ ਗੱਲ ਹੋਈ ਤਾਂ ਬੋਲੀ ਇਹ ਵੀ ਮਦਰਾਸ ਤੋਂ ਹੀ ਆਉਣਗੇ ਮੇਰਾ ਗੁਰੂ ਉਹਨਾਂ ਨੂੰ ਨਾਲ ਲੈ ਕੇ ਆਏਗਾ ਸੱਤ ਸਜੰਦੇ ਉਹਨਾਂ ਦੇ ਖਰਚ ਵਰਚ ਦਾ ਹਿਸਾਬ ਲਾਇਆ ਗਿਆ 11000 ਰੁਪਿਆ ਧੰਨਵਾਦ ਚਲਦਾ <hole>